ਕੜੇ ਪੱਟ ਕੇ ਨਾ ਟੂਬ ਮੈਨੂੰ ਇੰਨਾ ਵੇਚਦੀ ਮੋਰੀਆਂ ਵੇਚਦੀ ਇੱਥੇ ਦਿਸੀ ਜਾਂਦੀ ਮੈਂ ਚੱਲ ਉੱਪੜਾਂਗੇ ਕੇ ਪਾਸੇ ਆਹ ਕੱਢ ਲਗੇ ਐਂ ਤਾਂ ਟਰੈਕਟਰ ਜਾ ਭਜੂਗਾ ਕੋਈ ਨਹੀਂ ਉਧਰੋਂ ਰੁੜਿਆ ਆ ਵੀਰੋ ਆ ਸੱਗੀ ਪਰਾਂਦੇ ਚੱਕੀ ਫਿਰਦੇ ਹੁੰਦੇ ਇਹਨਾਂ ਤੋਂ ਆਹ ਚੀਜ਼ ਜ਼ਰੂਰ ਲਵਾ ਲਿਆ ਕਰੋ ਜਿਹੜੀਆਂ ਹੈਲੋ ਜੀ ਵਿਵਤਾ ਪੈ ਗਈ ਮਿੱਤਰੋ ਸੱਜਣੋ ਵਿਵਤਾ ਵੀ ਆਪਦੀਆਂ ਹੀ ਪਾਂਗਾ ਹੋਊਗਾ ਅਤੇ ਵਿੱਚ ਕਮੈਂਟਾਂ 'ਚ ਵੀ ਆਖਣਗੇ ਅਤੇ ਉਹ ਗੱਲ ਆਪਾਂ ਪਹਿਲਾਂ ਹੀ ਕਹਿ ਦਿੰਦੇ ਹਾਂ ਵੀ ਇਹ ਟਾਇਰ ਆ ਭਰਾਓ ਸਾਡੇ 21 ਫੁੱਟੀ ਟਰਾਲੀ ਦੇ ਅਤੇ ਜਦੋਂ ਕਹਿੰਦੇ ਹੁੰਦੇ ਜੱਟ ਦਾ ਸਰਦਾ ਹੋਵੇ ਨਾ ਫਿਰ ਜੱਟ ਨਹੀਂ ਪੈਸੇ ਲਾਉਂਦਾ ਅਤੇ ਆਹ ਦੇਖ ਲਓ ਕੰਮ ਹੋ ਗਿਆ ਉਹੀ ਇਹ ਨਾ ਇੱਕ ਟਾਇਰ ਇਹਦਾ ਪੈਂਚਰ ਸੀਗਾ ਅੰਦਰਲਾ ਅਤੇ ਸਾਰਾ ਸੀਜ਼ਨ ਅਸੀਂ ਉਵੇਂ ਹੀ ਲਈ ਫਿਰ ਇੱਕ ਦੋ ਵਾਰੀ ਹਵਾ ਭਰਾਈ ਅਤੇ ਹਵਾ ਭਰਾ ਕੇ ਅਸੀਂ ਕੀ ਕਰਦੇ ਸੀ ਉਹਨੂੰ ਲਈ ਫਿਰਦੇ ਹੁਣ ਵੀ 8-10 ਗੇੜੇ ਸ਼ਹਿਰ ਦੇ ਲਾ ਗਿਆ ਸੀਗਾ ਜਾਣੀ ਦੂਜੇ ਘਰ ਵਾਲਿਆਂ ਕੋਲ ਸੀ ਅਤੇ ਮੈਂ ਤਾਂ ਹੁਣ ਪਹਿਲਾ ਗੇੜਾ ਹੀ ਲਿਆਇਆ ਇਹਦੇ ਨਾਲ ਅਤੇ ਇਹਦਾ ਜਿਹੜਾ ਰਾਹ ਦੇ ਵਿੱਚ ਪਹਿਲਾਂ ਤਾਂ ਰਿਮ ਪਾਟਿਆ ਅੰਦਰ ਨੂੰ ਰਿਮ ਹੋ ਗਿਆ ਅੰਦਰ ਨੂੰ ਅਤੇ ਟੂਬ ਜੀ ਦਿਸਣ ਲੱਗ ਗਈ ਮੈਂ ਕਿਹਾ ਚੱਲ ਪਹੁੰਚ ਜੂਗਾ ਹੋਰ ਹੱਲ ਵੀ ਕੋਈ ਨਹੀਂ ਨਾ ਕੀ ਕਰਨਾ ਲਈ ਚੱਲ ਗਏ ਇਹਨੂੰ ਅਤੇ ਬਸ ਮੁਕਤਸਰ ਦੇ ਬਿਲਕੁਲ 7 ਕਿਲੋਮੀਟਰ 6 ਮੰਡੀ ਤੋਂ ਪਹਿਲਾਂ ਅਤੇ ਇਹਨੇ ਮਾਰਤਾ ਪਟਾਕਾ ਜੀ 3 ਵਜੇ ਆ ਰੋਡ 'ਤੇ ਖੜ੍ਹੇ ਹੁਣ ਵੇਟ ਕਰਨੀ ਪਊਗੀ ਅਤੇ ਬੜਾ ਭੜਾ ਕੰਮ ਹੋਇਆ ਇਹ ਹੁਣ ਆਪਦੀਆਂ ਹੀ ਗਲਤੀਆਂ ਵੀ ਨਾ ਤਾਂ ਇੱਕ ਪੈਂਚਰ ਨਹੀਂ ਲਵਾਇਆ ਗਿਆ ਅੰਦਰਲੇ ਟਾਇਰ ਨੂੰ ਜੇ ਅੰਦਰਲੇ ਨੂੰ ਪੈਂਚਰ ਲਵਾ ਲੈਂਦੇ ਤਾਂ ਬਾਹਰਲੇ 'ਤੇ ਵੇਟ ਨਹੀਂ ਆਉਣਾ ਸੀਗਾ ਹੈ ਨਾ ਅਤੇ ਇਹਨੇ ਕਾਢ ਕੱਢ ਜਾਣੀ ਸੀ ਰੇਟ ਵਧਿਆ ਅਤੇ ਜੱਟ ਹੋ ਗਏ ਕਮਲੇ ਸੀ ਥੋੜ੍ਹੇ ਜਿਹੇ ਰੇਟ ਇੰਨਾ ਵੀ ਨਹੀਂ ਵਧਿਆ ਮਤਲਬ ਜੇ ਜਾਂ ਘਾਟੇ ਵੀ ਪਾਉਂਦੇ ਕਰੀਆਂ ਫਸਲਾਂ ਤਾਂ 1 ਸਾਲ ਜੇ ਮੁਨਾਫੇ 'ਚ ਜਾ ਉੜਾਂਗੇ ਤਾਂ ਪਿਛਲੇ ਘਾਟੇ ਪੂਰੇ ਹੋ ਜਾਣਗੇ ਉਹ ਚੀਜ਼ ਆ ਅਤੇ 3 ਵਜੇ ਤੁਰੇ ਸੀ ਅਤੇ ਅੱਧੀ ਰਾਤ ਨੂੰ ਮਾੜਾ ਸੰਦਾ ਲੈ ਕੇ ਤੁਰਨ ਦਾ ਵੀ ਨਹੀਂ ਫਾਇਦਾ ਹੁੰਦਾ ਹੁਣ ਆਵੇ ਕੋਟਕਪੂਰਾ ਰੋਡ 'ਤੇ ਖੜ੍ਹੇ ਹੁਣ ਪਿੰਡੋਂ ਆਉਣਗੇ ਅਤੇ ਫਿਰ ਪੈਂਚਰ ਪੂੰਚਰ ਲੱਗੂਗਾ ਜਾਣੇ ਦਿਨ ਹੀ ਮਰ ਗਿਆ ਸਮਝ ਲਓ ਪਰ ਊਂ ਇੱਕ ਦਿਮਾਗ ਤਾਂ ਲਾਇਆ ਉਹਨੇ ਪੈਂਚਰ ਵਾਲੇ ਨੇ ਵੀ ਉੱਠ ਖੜਾ ਵਿਚਾਰਾ ਅਸੀਂ ਹੁਣ ਆਏ ਨੇ ਵੀ ਪਿੰਡੋਂ ਕਿਸੇ ਟਰਾਲੇ ਦਾ ਬੜਿਆ ਤਾਂ ਨੇ ਦੋਵੇਂ ਟਾਇਰ ਖੋਲ੍ਹ ਕੇ ਲਿਆ ਕੇ ਅਤੇ ਇਹਦੇ ਨਾਲ ਜੜ ਦਿਆਂਗੇ ਅਤੇ ਇਹ ਜਿਹੜਾ ਟਾਇਰ ਆਪਣਾ ਕਾਂਡਮ ਇੱਕ ਟਾਇਰ ਹੀ ਸੋਰੀ ਬਾਹਰਲਾ ਲਿਆ ਕੇ ਅਤੇ ਇੱਕ ਟਾਇਰ ਆਪਣਾ ਉਹਦਾ ਕੱਸ ਕੇ ਅਤੇ ਮੈਨੂੰ ਗਾ ਮੰਡੀ ਜਾ ਉੜੂੰਗਾ ਉਹ ਵਾਪਸ ਲੈ ਜਾਣਗੇ ਅਤੇ ਫਿਰ ਹੱਥ ਨੇ ਉਹ ਉਹਨਾਂ ਦਾ ਜਿਨ੍ਹਾਂ ਦਾ ਟਰਾਲਾ ਉਹਨਾਂ ਦਾ ਟਾਇਰ ਮੋੜ ਦਿਆਂਗੇ ਹੁਣ ਜਿਹੜੇ ਹੋਰ ਏਰੀਏ ਦੇ ਕਣੀਆਂ ਟਰਾਲਾ ਇਹਨੂੰ ਕਹੀ ਜਾਂਦੇ ਆ ਸੋ ਸਾਡੇ ਮੂੰਹ 'ਤੇ ਚੜੀਆਂ ਹੋਈਆਂ ਬਈ ਇਹ ਗੱਲਾਂ ਅਸੀਂ ਡਬਲ ਟਾਇਰ ਭਾਵੇਂ 11 ਫੁੱਟ ਹੋਵੇ ਇਹਨੂੰ ਟਰਾਲਾ ਹੀ ਕਹਿਣਾ ਹੁੰਦਾ ਹੁਣ ਉੱਦਾਂ 21 ਫੁੱਟੀ ਹੁੰਦੀ ਜਿਵੇਂ ਫੁੱਟੀ ਵਾਲੇ ਆ ਉਹਨਾਂ ਦੇ ਤਾਂ ਪ੍ਰੋਬਲਮ ਪੈਂਦੀ ਨਹੀਂ ਕਿਉਂਕਿ ਟਰਾਲਾ ਬੰਨ ਸਾਰੀ ਐਡੀਆਂ ਐਡੀਆਂ ਕੁਹਾੜੇ ਵਰਗੇ ਟਾਇਰ ਕਹਿੰਦੇ ਹੁੰਦੇ ਪਾ ਦਿੰਦੇ ਆ ਨਵੇਂ ਅਤੇ ਆਪੇ ਪ੍ਰੋਬਲਮ ਆਉਂਦੀ ਨਹੀਂ ਸੋ ਅਸੀਂ ਥੋੜ੍ਹਾ ਜਿਹਾ ਸਾਰਾ ਕੁਛ ਵੇਖ ਕੇ ਚੱਲਣਾ ਹੁੰਦਾ ਨਾ ਫਿਰ ਅਸੀਂ ਸਰਫੇ ਕਰ ਜਾਂਦੇ ਹਾਂ ਆਹ ਟਾਇਰ ਵੀ ਹੁਣ ਆਪਣੇ ਬਸ ਜਮਾਂ ਉਹੀ ਕੁਛ ਹੈ ਐਡੀ ਵਿਵਤਾ ਪੈ ਗਈ ਰਾਹ ਦੇ ਵਿੱਚ ਖੜ੍ਹੇ ਹਜੇ ਤਾਂ ਚੱਲ ਹੈ ਆਹ ਚਾਨਣੇ ਆ ਗਏ ਲਾਈਟਾਂ ਆਈਆਂ ਦੇ ਨਹੀਂ 3 ਵਜੇ ਉਹ ਵੀ ਇੱਥੇ ਰਿਸਕ ਵਾਲਾ ਕੰਮ ਸੀਗਾ ਨਾ ਕਿਉਂਕਿ ਕੋਈ ਸਾਧਨ ਹੀ ਨਹੀਂ ਆਉਂਦਾ ਹੈਗਾ ਕਿੰਨਾ ਕਿੰਨਾ ਟਾਈਮ ਸੜਕ ਸੁੰਨੀ ਰਹਿੰਦੀ ਹੈ ਬੜਾ ਕਲਾਲਾ ਹੋਇਆ ਕੰਮ ਐਂ ਹੋ ਜਾਂਦੀ ਕਈ ਵਾਰੀ ਜੇ ਇਹ ਮੰਨ ਲਓ ਵੀ ਪਹਿਲਾਂ ਉਹ ਹੋਇਆ ਹੁੰਦਾ ਹੈ ਨਾ ਖੇਤ ਖੂਤ ਖੜ੍ਹਾ ਹੁੰਦਾ ਜਾਂ ਪ੍ਰੋਬਲਮ ਪਈ ਹੁੰਦੀ ਫਿਰ ਅਸੀਂ ਕਦੇ ਰਿਸਕ ਨਾ ਲੈਂਦੇ ਸੋ ਇਹ ਜ਼ਿੰਦਗੀ 'ਚ ਪਹਿਲਾ ਐਕਸਪੀਰੀਅੰਸ ਹੀ ਆ ਵੀ ਜਿਹੜਾ ਰਾਸਤੇ ਦੇ ਵਿੱਚ ਟਾਇਰ ਪੈਂਚਰ ਹੋਇਆ ਅਤੇ ਅਸੀਂ ਤੰਗ ਹੋਏ ਹਾਂ ਹੁਣ ਗਾਂਹ ਤੋਂ ਅਸੀਂ ਨਾ ਤਾਂ ਹਵਾ ਚੈੱਕ ਕਰੇ ਬਿਨਾਂ ਤੁਰੀਏ ਅਤੇ ਨਾ ਪੈਂਚਰ ਟਾਇਰ ਰੱਖੀਏ ਇੱਕ ਹੈ ਨਾ ਡਬਲ ਟਾਇਰ ਹੀ ਆ ਦੇਖੋ ਡਬਲ ਟਾਇਰ ਦਾ ਆਪਾਂ ਨੂੰ ਫਾਇਦਾ ਕੀ ਜੇ ਆਪਾਂ ਰਾਹ 'ਚ ਖੱਜਲ ਹੋਣਾ ਨਾ ਸੋ ਸਾਰੇ ਲਾਂਭੇ ਕਮੈਂਟ ਵਾਲਿਆਂ ਦੇ ਸਿਰ ਮੱਥੇ ਆ ਜੀ ਅਤੇ ਅਗਲਾ ਕਹੂਗਾ ਟਰੈਕਟਰ 'ਤੇ ਪੈਸੇ ਲਾਈ ਜਾਂਦੇ ਰਹਿੰਦੇ ਆ ਅਤੇ ਟਰਾਲੇ ਦੇ ਟਾਇਰ ਪਾਉਂਦੇ ਨਹੀਂ ਅਤੇ ਟਾਇਰ ਬਾਬੇ ਡੰਗ ਜਦੋਂ ਲਾਈ ਜਾਂਦੇ ਹੁੰਦੇ ਉਦੋਂ ਬੰਦੇ ਦਾ ਨਹੀਂ ਜੀ ਕਰਦਾ ਪੈਸੇ ਲਾਉਣ ਨੂੰ ਹੁਣ ਵਧੀਆ 1.5 ਸਾਲ ਵਾਂਗੂ ਇਹਨੂੰ ਵਿੱਢਾਂ ਤੱਕ ਫੁੱਲ ਮਿੱਟੀ ਦਾ ਭਰ ਭਰ ਲਿਆਉਂਦੇ ਰਹੇ ਆ ਸੋ ਸਾਰਾ ਚੈੱਕਅਪ ਆ ਜਾਂਦਾ ਇਹਦਾ ਕਰਿਆ ਹੋਇਆ ਸੀ ਪਰ ਹੁਣ ਗਲਤੀ ਆਪਦੀ ਵੀ ਆਪਾਂ ਟਾਇਰ 1 ਤਾਂ ਹੀ ਲਈ ਫਿਰੇ ਇਹਨੂੰ ਮਹੀਨਾ ਹੋ ਗਿਆ ਦੇਖਦੇ ਅੱਗੇ ਕੀ ਬਣਦਾ ਜੀ ਲਿਆਉਂਦੇ ਆ ਸਿਸਟਮ ਵਾਲਾ ਅਤੇ ਨਾ ਮੈਂ ਲਵਾਇਆ ਅਤੇ ਮੈਂ ਤਾਂ ਆਪ ਉਵੇਂ ਹੀ ਭਰ ਕੇ ਠਾਲਤਾ ਜਦੋਂ ਮੈਂ ਉਹ ਢੋਈ ਗਏ ਅਤੇ ਆਪਣੇ ਵੀਰੀ ਕਿਹੜਾ ਇਹਨਾਂ ਦਾ ਦਿਮਾਗ 'ਚ ਹੀ ਨਹੀਂ ਆਈ ਯਾਰ ਜੈਕ ਬਾ
छोटी नहीं है चढ़ूगा झोने कणक का कड़ा वजन हो 40 क्विंटल वजन हों ਵਲੌਗ ਵੀ ਬਣਾਉਣੇ ਤੇਰੇ ਪੈਂਚਰ ਜੋਗੇ ਦਾ ਕੱਢ ਗਏ 7-8 ਰੁਪਏ ਇਹ ਮੈਨੂੰ ਤਾਂ ਐਂ ਸੀ ਅੱਛਾ ਫਿਰ ਇਹ ਨੇ ਨਾ ਆਵੇ ਅੰਦਰ ਨੂੰ ਐਂ ਇੱਧਰ ਟੂਬ ਆ ਗਈ ਸੀ ਇਹਦੀ ਸਮਝ ਗਿਆ ਤੂੰ ਅੰਦਰ ਵਾਲਾ ਟੂਬ ਆ ਦਿਸੀ ਜਾਂਦੀ ਕੜੇ ਕੁੜੇ ਉੱਡ ਗਏ ਹੋਵੇ ਕੜੇ ਉਹ ਫਿਰਦੇ ਕੜੇ ਕੜਾ ਪੱਟਿਆ ਗਿਆ ਇਹਦਾ ਸਿੰਗਲ ਸੀਗਾ ਆ ਅੰਦਰਲੇ ਦਾ ਵੀ ਪਤਾ ਨਹੀਂ ਕਿਉਂ ਪਟਾਕਾ ਪੈ ਗਿਆ ਫਿਰ ਯਾਰ ਇਕੱਠਾ ਹੀ ਹੋ ਗਿਆ ਕੰਮ ਹਨਾ ਕੜੇ ਪੱਟ ਕੇ ਨਾ ਟੂਬ ਮੈਨੂੰ ਇੰਨਾ ਵੇਚਦੀ ਮੋਰੀਆਂ ਵੇਚਦੀ ਇੱਥੇ ਦਿਸੀ ਜਾਂਦੀ ਮੈਂ ਚੱਲ ਉੱਪੜਾਂਗੇ ਕਿਸੇ ਪਾਸੇ ਕੜੇ ਫਿਰ ਨਾ ਇੱਕ ਤਾਂ ਕੰਨੀ ਤੇ ਆ ਗਿਆ ਟਾਇਰ ਯਾਰ ਕੰਮ ਹੀ ਸਲਾਂਗੜਾ ਹੋ ਗਿਆ ਬਸ ਤੂੰ ਫਿਰ ਪੈਂਚਰ ਪੁੰਚਰ ਲਾ ਕੇ ਅੜਕਾ ਦੇ ਉਹਨਾਂ ਨੂੰ ਬੀਜ ਬੂਜ ਦਿਆਂਗੇ ਆਪਾਂ ਹਾਂ चल कर जिवें सिस्टम कर लियाईए टायर भाजी होर वालों चाह पियाई गई सानू अच्छा जैक पूरा आ गया माड़ा मोटा हिल सकता ट्राला फिर आखेगा इंच ही हिल जूगा क्योंकि कई बार फिर ये हम की करेगा जगाड़ चलो चलो ठीक है जी ਹੁਣ ਆਪਣਾ ਨਾ ਰੀਜਨਲ ਜਿਹੜੇ ਟਾਇਰ ਆਪਣੇ ਇਹ 100% ਪਏ ਪੋਲੋ ਦੇ ਪਏ ਨੇ ਇਹਨੂੰ ਓਕੇ ਕਰ ਦਿਓ ਹੁਣ ਪੈਂਚਰ ਪੁੰਚਰ ਲਾ ਦੀ ਟੂਬ ਆਪਣੇ ਘਰੇ ਪਈ ਆ ਕਹਾਚ ਉਹੀ ਪਾ ਦੀ ਬਸ ਹੁਣ ਆਪਾਂ ਇਹਨਾਂ ਨਾ ਦੋਵੇਂ ਟਾਇਰਾਂ 'ਚ ਹਵਾ ਰੱਖਿਆ ਕਰਾਂਗੇ ਫਿਰ ਨਹੀਂ ਕੁਛ ਹੁੰਦਾ ਗਾ ਇਹ ਤਾਂ ਚੱਕਰ ਹੀ ਐਂ ਪੈ ਗਿਆ ਵੀ ਇੱਕ ਛੱਡਤਾ ਸਾਥ ਹੁਣ ਐਡੇ ਮਾੜੇ ਟਾਇਰ ਆ ਤੇ ਇੱਕ 'ਚ ਹਵਾ ਲੈ ਕੇ ਤੁਰੇ ਫਿਰੇ ਅਸੀਂ ਗੁੱਸਾ ਕਰਕੇ ਫਸਲ 'ਚ ਇਹਨੇ ਲੋਨਲੀ ਫੀਲ ਕਰਿਆ ਹੈ ਨਾ चलो कोई नी 3 बजे भजना पेंड भी पागे उदय करन भी पागा जी एक तो फोन सारे थी कका देने उधर आस्ट्रेलिया लाता एक फोन उधर अमरीका लाता उधर इंडिया च पंजाब च 3 कस्बे 10 हजे अं वीडियो पा देनी उदो फिर दस देना साढ़े ना ऊँ भी दसता हूं हाँ वह भी दसता तू पेज ते भी दसता चलो कोई नी ਯਾਰ ਘਰ ਮੂਹਰੇ ਬਹੁਤ ਹੋ ਗਏ 4 ਟਰਾਲੀਆਂ 5 ਹੋਊਗਾ ਮੂਹਰੇ ਰਾਤ ਦਾ ਮੈਨੂੰ ਲੱਗਦਾ 10 ਵਜ ਜਾਣਗੇ ਸ਼ਹਿਰੀ ਪਰ ਯਾਰ ਮੈਂ ਸਵੇਰੇ ਕੰਮ ਕਾਰ ਵੀ ਕਰਨੇ ਹਨਾ ਅੱਜ ਫਿਰ ਕੀ ਕਰੂੰਗਾ ਮੈਂ ਘਰੇ ਲੈ ਹੀ ਜਾਂਦੇ ਹਾਂ ਚਲ ਕੱਪ ਜਿਆਦਾ ਪਟਾਕੇ ਨਾਲ ਹਵਾ ਨਹੀਂ ਪਟਿਆ ਗਿਆ ਇਹ ਨੀ ਸਮਝ ਆਈ ਪਹਿਲਾਂ ਪਤਾ ਕੀ ਹੋਇਆ ਆਹ ਮੋਰੀ ਵੇਚ ਦੀ ਟੂਬ ਦੇ ਸਾਂ ਲੱਗ ਗਈ ਸੀ ਕੜੇ ਪੱਟੇ ਗਏ ਨੇ ਜਦੋਂ ਪਹਿਲਾਂ ਪੜਾਕਾ ਪਿਆ ਇੱਕ ਉਦੋਂ ਕੜੇ ਪੱਟੇ ਗਏ ਖੜਕਾ ਆਇਆ ਮੈਂ ਪੰਪ ਕੋਲੇ ਰੁਕ ਗਿਆ ਉੱਥੇ ਢਾਬੇ ਵਾਲੇ ਵੀ ਆ ਗਏ ਦੋਨੇ ਟਾਇਰ ਹੀ ਫਟ ਗਏ ਆਹ ਦੋਨੇ ਹੀ ਦੂਜਾ ਤਾਂ ਪੈਂਚਰ ਹੀ ਸੀਗਾ ਜਾਣੀ ਯਾਰ ਤੇ ਜਦੋਂ ਇਹ ਕੜਾ ਪੱਟਿਆ ਗਿਆ ਉਰਲਾ ਤੇ ਢਾਬੇ ਵਾਲਿਆਂ ਦੇ ਯਾਰ ਹੋਇਆ ਕੁਛ ਵੀ ਨਹੀਂ ਮੈਂ ਵੀ ਆਖਾ ਟਾਇਰ ਆਏ ਖੜਾ ਉਹ ਤੇ ਟੂਬ ਪਰਲੇ ਪਾਸੇ ਦਹਿ ਗਈ ਮੈਂ ਯਾਰ ਖੋਰਾ ਪਹੁੰਚੀ ਜਾਵੇ ਮੈਂ ਉਹ ਹੀ ਤੋਰੀ ਆਇਆ ਉਹ 2 ਕਿਲੋਮੀਟਰ ਆਇਆ ਤੇ ਪੜਾਕਾ ਹੀ ਪੈ ਗਿਆ ਭੈਣ ਇਦੂ ਉੱਥੇ ਮੈਂ ਪੰਪ ਤੇ ਲਾ ਕੇ ਨਾਲੇ ਤਾਂ ਬੇਫਿਕਰ ਹੋ ਕੇ ਸੌਂ ਜਾਂਦਾ ਦਿਨ ਚੜੇ ਸਾਦਾ ਤੇ ਮੌ ਇਹਨਾਂ ਨਾਲੇ ਉਹਨਾਂ ਨੂੰ ਨਾ ਤਕਲੀਫ ਹੁੰਦੀ ਟਰਾਲੀ ਕੱਢ ਲਗੇ ਟਰੈਕਟਰ ਜਾ ਪਜੂਗਾ ਕੋਈ ਨੀ ਉਧਰੋਂ ਉਧਰੋਂ ਮੁੜਿਆ
बंदे बुंदे जवाईदा मोटरसाइकिल जो धक के लाने नहीं नहीं चले ए चल गया नहीं अपने पखा पुखा ला गया बाबे बुला भुल जाने वीडियो अहीं ते रेट जिहड़ा अज दा निकलिया 4460 वीडियो पता नहीं कदे पावांगे पर वेट करनी ना सारे औखी इन किन्ने टाइम हो गया हम दो तीन नंबर मूहरे से मसा दो तो लवाए हम बराबर चलाया चला जे नहीं तो इतने मैं लगता 10 बज जाने 4 बज गए वैसे उदा मंडी च रश घट है देखोगे वो रेलियां पईयां सड़क बुरे हाल हो गए इतने कह दे हो जाने 170 गट्टे तो पौं बारह आ जाने पर ही फल गोरा अके कोटल का स्पेशल आऊगा कद ट्राला जरा इतने देखा करूगी दुनिया महाराज दिन चंगे लिया किन्ने तो तोली तुली जाने ठीक है पूरा पूरा तो लेना जमा सुक्का झोना हम ना मार जन जपाई हो जे गिले का सही गई मंग तो चलो गरीब गरबा तुम वो देखो भी हजे इन्ने गट्टे तोले है ना 25 गट्टे तोले होने तो 3 आ गए तो जे थोड़ा जहा बुक घट पा दी आ दी चल इन्ने लै जाओ तो सबर संतोख उन्होंने भी है नहीं पर वह देखो उतों भी हूँ एड्डी मंडी है चल थोड़ा वधिया गुजारा हो जाता पर सबर किसी भी है नहीं मंगने वाले भी है नहीं ना ना आखन जी करता किसी जमींदार का ना आ भीरो सगी परांदे चक्की फिर देंदे इन्हां तो आ चीज जरूर लवा दिया करो जिहड़ियां जिहड़ियां ट्रालियां दे नहीं लग्या वैसे अपने लग्या सी कन्नी ते ला अपने वैसे एक तो लाई भी सी वो रेडियम पर रेडियम टेप जरूरी है बई क्योंकि जिवें अज पेंचर हो गया ट्राला रारू च खड़े आ ना तो बहुत रिस्क रहिंदा इह चीज़ दा ते इह चीज़ कुछ भी नहीं हुंदी गी पर बाद च पछतावा हुंदा है ना तो हुण इह तुसीं जरूर ला कढ़ी तां टेढ़े वींगे जिहा जांदा हो रे पर कोई नहीं चल हैलो ओ सिद्धी दा ला दे ओ तां ऐ ला दी ऐ ला इन्ना कर गया भाई वैच ही रलाई जाने आ वैच ही रलाई जाने कंजरो ओए ला दे डीएसपी बना दे इनू एक इत्थे ला दे मूहरे बंपर आली डोरी अपनी ओली वेट आली बाण बूण ची रह गई सी हम चल फिर लवा दी हम वेला ही रहना ट्रैक्टर ने
ਨਹੀਂ ਨਹੀਂ 17 ਹੁੰਦਾ ਤਾਂ ਕਰਾ ਦੇ, 10 ਘੱਟੇ ਤਾਂ ਹੈਗੇ ਆ ਹੁਣ, 17 ਤੋਂ ਨਹੀਂ ਘੱਟਦਾ, 16.5 ਤੇ ਵੀ ਨਹੀਂ ਮੰਨਣਾ। ਲਓ ਜੀ ਝੋਨਾ ਵੇਚਤਾ, ਰੱਬ ਰੱਖੇ ਸੁੱਖ।